ਨਸ਼ਿਆਂ ਦੀ ਦਲਦਲ ਡੂੰਗੀ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਪੂਰਥਲਾ ਦੇ ਪੋਸ਼ ਇਲਾਕੇ 'ਚ ਮਾਲ ਰੋਡ 'ਤੇ ਬੇਹੋਸ਼ੀ ਦੀ ਹਾਲਤ 'ਚ ਪਈ ਇੱਕ ਨੌਜਵਾਨ ਲੜਕੀ ਨੇ ਆਪਣੀ ਬੇਵਸੀ ਦੀ ਕਹਾਣੀ ਬਿਆਨ ਕੀਤੀ। ਬਸ ਇੰਨਾ ਹੀ, ਨੌਜਵਾਨ ਲੜਕੀ ਜਿਸਦਾ ਪਤੀ ਜੇਲ੍ਹ ਵਿੱਚ ਹੈ, ਉਸਨੂੰ ਉਸਦੇ ਦੋਸਤਾਂ ਨੇ ਨਸ਼ੇ ਦੀ ਲੱਤ ਵਿੱਚ ਪਾ ਦਿੱਤਾ ਹੈ ਅਤੇ ਉਹ ਸਾਫ਼ ਸਾਫ਼ ਦੱਸਦੀ ਹੈ ਕਿ ਕਪੂਰਥਲਾ ਦੇ ਮਹਿਤਾਬਗੜ ਇਲਾਕੇ ਵਿੱਚ ਨਸ਼ਾ ਖੁੱਲ੍ਹੇਆਮ ਮਿਲਦਾ ਹੈ। ਹਾਂਜੀ ਸਰ, ਇਹ ਵੀਡੀਓ ਦਾ ਕੀ ਮਸਲਾ ਜੀ? ਇਹ ਜਿਹੜੀ ਵੀਡੀਓ ਵਾਇਰਲ ਹੋਈ ਆ, ਉਹਦੇ ਵਿੱਚ ਜਿਹੜੀ ਲੜਕੀ ਆ ਉਹਨੂੰ ਅਸੀਂ ਟਰੇਸ ਕਰ ਲਿਆ, ਉਹਨੂੰ ਟਰੇਸ ਕਰਕੇ ਅਸੀਂ ਉਹਨੂੰ ਹੋਸਪਿਟਲ ਦੇ ਵਿੱਚ ਐਡਮਿਟ ਕਰਵਾਇਆ। ਇਹਦੀ ਜਿਹੜੀ ਹਿਸਟਰੀ ਸਾਨੂੰ ਪਤਾ ਲੱਗੀ ਆ, ਇਹ ਪਹਿਲਾਂ ਵੀ ਡਿਟੈਂਸ਼ਨ ਸੈਂਟਰ ਦੇ ਵਿੱਚ ਐਡਮਿਟ ਰਹੀ ਆ। ਇਹ 4 ਤਰੀਕ ਨੂੰ ਐਡਮਿਟ ਹੋਈ ਆ, 5 ਤਰੀਕ ਨੂੰ ਆਪਣੇ ਆਪ ਚਲੇ ਗਈ ਆ। ਅੱਜ ਅਸੀਂ ਪੁਲਿਸ ਦੀ ਮਦਦ ਦੇ ਨਾਲ ਇਹਨੂੰ ਦੁਬਾਰਾ ਸਿਵਲ ਹੋਸਪਿਟਲ ਦੇ ਵਿੱਚ ਡਿਟੈਂਸ਼ਨ ਸੈਂਟਰ ਦੇ ਵਿੱਚ ਦਾਖਲ ਕਰਵਾਇਆ। ਅੱਗੇ ਦਾ ਫਰਦਰ ਮੈਡੀਕਲ ਚੈੱਕਅਪ ਹੋ ਰਿਹਾ, ਇਹਦਾ ਮੈਡੀਕਲ ਟ੍ਰੀਟਮੈਂਟ ਇਹਦਾ ਕਰਵਾ ਲਿਆ। ਜੀ, ਮੈਂ ਡਾਕਟਰ ਸੰਦੀਪ ਹੋਲਾ, ਡਿਪਟੀ ਮੈਡੀਕਲ ਕਮਿਸ਼ਨਰ ਕਪੂਰਥਲਾ। ਜਿਸ ਲੜਕੀ ਦਾ ਵੀਡੀਓ ਵਾਇਰਲ ਹੋ ਰਿਹਾ, ਮੈਂ ਆਪਣੇ ਵੱਲੋਂ ਕੋਈ ਉਹਦੇ ਡਿਟੇਲਸ ਨਹੀਂ ਦੇਣਾ ਠੀਕ ਸਮਝਦਾ। ਇਹ ਲੜਕੀ ਸਾਡੇ ਕੋਲ ਪਹਿਲਾਂ ਤੋਂ ਹੀ ਟ੍ਰੀਟਮੈਂਟ 'ਤੇ ਲੱਗੀ ਹੋਈ ਹੈ, ਸਾਡੇ ਓਟ ਕਲੀਨਿਕ ਤੋਂ ਆਲਰੇਡੀ ਟ੍ਰੀਟਮੈਂਟ 'ਤੇ ਇਹ ਲੈ ਰਹੀ ਸੀ। 2-3 ਦਿਨ ਪਹਿਲਾਂ ਇਹ ਟ੍ਰੀਟਮੈਂਟ ਵਾਸਤੇ ਇਹ ਦੁਬਾਰਾ ਫਿਰ ਆਈ ਔਰ ਐਡਮਿਸ਼ਨ ਵਾਸਤੇ ਇਨਸਿਸਟ ਕਰ ਰਹੀ ਸੀ। ਇਹਨੂੰ ਐਡਮਿਟ ਵੀ ਕੀਤਾ ਗਿਆ। ਕੁਛ ਇੱਕ ਇਹਦੇ ਕੰਪਲੀਕੇਸ਼ਨ ਸੀ, ਪ੍ਰੋਬਲਮ ਸੀ ਕਿ ਲੜਕੀ ਜਿਹੜੀ ਹੈ ਇਹ 5 ਮੰਥਸ ਪ੍ਰੈਗਨੈਂਟ ਹੈ ਔਰ ਇਹਦਾ ਹੀਮੋਗਲੋਬਿਨ ਜਿਹੜਾ ਬਹੁਤ ਲੋਅ ਸੀ, ਉਸ ਕਰਕੇ ਇਸ ਨੂੰ ਇਕੱਲੇ ਰੱਖਣਾ ਸਾਡੇ ਵਾਸਤੇ ਪੋਸੀਬਲ ਨਹੀਂ ਸੀ ਬਿਕੋਜ਼ ਕੰਪਲੀਕੇਟਡ ਕੇਸ ਹੈ। ਸੋ ਇਹਦੇ ਨਾਲ ਅਟੈਂਡੈਂਟਸ ਜਿਹੜੇ ਆਏ ਸੀ ਉਹਨਾਂ ਨੂੰ ਕਿਹਾ ਗਿਆ ਸੀ ਕਿ ਨਾਲ ਰਹਿ ਕੇ ਤਾਂ ਥੋੜ੍ਹੇ ਦਿਨ ਵਾਸਤੇ ਇਹਦਾ ਟ੍ਰੀਟਮੈਂਟ ਕਰਾਉਣ ਕਿ ਤਾਂ ਕਿ ਇਹ ਸਟੇਬਲ ਹੋ ਜਾਵੇ, ਉਸ ਤੋਂ ਬਾਅਦ ਇਹਨੂੰ ਡੀਡਿਕਸ਼ਨ ਸੈਂਟਰ ਜਿਹੜਾ ਕੁੜੀਆਂ ਦਾ ਉਹਦੇ ਵਿੱਚ ਅਸੀਂ ਐਡਮਿਟ ਕਰਕੇ ਰੱਖ ਲਾਂਗੇ। ਪਰ ਉਸ ਤੋਂ ਪਹਿਲਾਂ ਹੀ ਇਹ ਲੜਕੀ ਜਿਹੜੀ ਹੈ ਅਟੈਂਡੈਂਟਸ ਦੇ ਨਾਲ ਚਲੀ ਗਈ ਸੀ ਇੱਥੋਂ। ਸੋ ਅੱਜ ਪੁਲਿਸ ਡਿਪਾਰਟਮੈਂਟ ਜਿਹੜਾ ਇਹਨੂੰ ਦੁਬਾਰਾ ਫਿਰ ਤੋਂ ਲੈ ਕੇ ਆਇਆ, ਇਹਦਾ ਅਸੀਂ ਸਾਰਾ ਗਾਇਨੀ ਚੈੱਕਅਪ ਵਗੈਰਾ ਔਰ ਬਾਕੀ ਸਾਰੇ ਚੈੱਕਅਪ ਸਾਰਾ ਕਰਾ ਕੇ ਇਹਨੂੰ ਫਿਰ ਦੁਬਾਰਾ ਡੀਡਿਕਸ਼ਨ ਸੈਂਟਰ ਵਿੱਚ ਐਡਮਿਟ ਕਰਨ ਜਾ ਰਹੇ ਜੀ।